ਹਾਂਜੀ ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਜਤਿੰਦਰ ਸਿੰਘ ਹੈ ਜੀ ਅਤੇ ਮੈਂ ਇੱਕ ਹੋਰ ਵਲੋਗ ਲੈ ਕੇ ਆਇਆ ਜਿਹੜਾ ਕਿ ਨਿਊ ਕਾਲਜ ਆ ਲੋਇਲਿਸਟ। ਸੋ ਅੱਜ ਮੈਂ ਇਹ ਕਾਲਜ ਦੇ ਵਿੱਚ ਪਹੁੰਚਿਆ ਜੀ, ਲੋਇਲਿਸਟ ਕਾਲਜ ਹੈ ਬੈਲਵਿਲ ਦੇ ਵਿੱਚ ਆ ਰਾਈਟ। ਸੋ ਮੈਨੂੰ ਮੇਰਾ ਇਹੀ ਮੋਟਿਵ ਆ ਵੀ ਮੈਂ ਤੁਹਾਨੂੰ ਵੱਧ ਤੋਂ ਵੱਧ ਲੋਕਾਂ ਨਾਲ ਮਿਲਾਵਾਂ, ਆਪਣੇ ਸਟੂਡੈਂਟਸ ਨਾਲ ਮਿਲਾਵਾਂ, ਜੋ ਸਾਰੇ ਵਧੀਆ ਆਪਦੀ ਲਾਈਫ ਸਪੈਂਡ ਕਰਨ, ਉਰੇ ਕੰਮ ਕਾਰ ਕਰਨ ਅਤੇ ਅੱਗੇ ਪ੍ਰੋਗਰੈਸ ਕਰਨ। ਸੋ ਆ ਜਾਓ ਆਪਾਂ ਜੀ ਮਿਲਦੇ ਹਾਂ, ਆਪਾਂ ਨਵੇਂ ਸਟੂਡੈਂਟਸ ਨੂੰ, ਪੁਰਾਣੇ ਸਟੂਡੈਂਟਸ ਨੂੰ ਮਿਲਦੇ ਹਾਂ ਜੋ ਇੱਥੇ ਕੀ ਕਰ ਰਹੇ ਨੇ, ਕਿੱਥੋਂ ਕੀ ਪੜ੍ਹਾਈ ਕਰਕੇ। ਕੀ ਹਾਲ ਚਾਲ ਨੇ? ਕੀ ਹਾਲ ਨੇ ਵੀਰੇ ਸਾਰਿਆਂ ਦੇ? ਅੱਛਾ ਚਲ ਆ ਬਾਈ ਨੂੰ ਪਹਿਲਾਂ ਮਿਲਦੇ ਹਾਂ। ਹਾਂਜੀ ਬਾਈ, ਕੀ ਨਾਮ ਆਪਣਾ? ਨਵਾਜ਼। ਬਾਈ ਕਿੱਥੋਂ ਵੀਰੇ? ਮੋਗੇ ਤੋਂ। ਵੀਰੇ ਮੋਗੇ ਤੋਂ, ਅਤੇ ਕੀ ਸਟੱਡੀ ਲੈ ਕੇ ਆਏ ਹੋ ਤੁਸੀਂ? ਕਾਰਪੈਂਟਰੀ ਕਰ ਰਹੇ ਹੋ? ਕਾਰਪੈਂਟਰੀ ਮਤਲਬ ਲੱਕੜ ਵਾਲਾ ਕੰਮ? ਬਾਈ ਲੱਕੜ ਵਾਲਾ ਕੰਮ, ਕਾਰਪੈਂਟਰੀ ਵਾਲਾ ਕੰਮ ਕਰ ਰਿਹਾ, ਡਿਪਲੋਮਾ ਕਰ ਰਿਹਾ ਇੱਧਰ, ਅਤੇ ਇੰਡੀਆ ਤੋਂ ਸਿਵਲ ਇੰਜੀਨੀਅਰਿੰਗ। ਕਿਆ ਬਾਤ ਹੈ ਵੀਰੇ, ਅਤੇ ਕੀ ਅੱਗੇ ਕੀ ਫਿਊਚਰ ਪਲਾਨ ਕੀ ਹੈ ਇੱਥੇ? ਫਿਊਚਰ ਪਲਾਨ ਤਾਂ ਇਹੀ ਹੈ ਕਿ ਇਹਨਾਂ ਦਾ ਜੋਬ ਸਰਚ ਕਰਾਂਗੇ, ਮਿਲ ਗਈ ਠੀਕ ਨਹੀਂ ਖਰਾਬ ਬੰਦੇ ਨੂੰ ਸਕੂਲਾਂਗੇ। ਆਪਦਾ ਬਿਜ਼ਨਸ ਬਹੁਤ ਵਧੀਆ ਬਾਈ, ਬਹੁਤ ਵਧੀਆ ਸੋਚ ਆ ਮੁੰਡੇ ਦੀ। ਹਾਂ ਵੀਰੇ, ਕੀ ਹਾਲ ਨੇ? ਵਧੀਆ ਵੀਰੇ, ਵਧੀਆ, ਤੁਸੀਂ ਸੁਣਾਓ ਕੀ ਹਾਲ ਚਾਲ? ਵਧੀਆ ਮੌਜਾਂ। ਹੋਰ ਕੀ ਨਾਮ ਕੀ ਆਪਣਾ? ਆਪਦੀ ਇੰਟਰੋ ਦੋ। ਚੌਕੌਰ ਸਿੰਘ ਹੈ ਮੇਰਾ। ਅੱਛਾ ਵੀਰੇ, ਟੱਪ ਵਾਲੀ ਤਾਂ ਹੈਗਾ ਮੈਂ। ਟੱਪ ਵਾਲੀ ਜਿੱਥੇ ਜੀਪਾਂ ਬਣਦੀਆਂ? ਹਾਂਜੀ ਵੀਰੇ। ਉਹ ਕਿਆ ਬਾਤ ਹੈ, ਜੀਪਾਂ ਵਾਲਾ ਬੰਦਾ ਵੀ ਕੰਟੈਕਟ ਕਰ ਸਕਦੇ ਹੋ ਮਤਲਬ, ਠੀਕ ਹੈ? ਬੀਐਸਸੀ ਨਰਸਿੰਗ ਕਰਕੇ ਆਇਆ ਮੈਂ ਉਧਰ ਇੰਡੀਆ ਤੋਂ। ਅੱਛਾ, ਨਰਸਿੰਗ ਆ ਸਾਡੇ ਵਾਲੇ ਹੱਥ ਵਾਲਾ ਵੀ, ਠੀਕ ਹੈ, ਓਕੇ ਓਕੇ। ਚਾਈਲਡ ਐਂਡ ਯੂਥ ਕੇ ਪ੍ਰੋਗਰਾਮ ਹੈਗਾ, ਸੈਕਿੰਡ ਸਮੈਸਟਰ ਹੈ ਵੀਰੇ। ਅਤੇ ਇਹ ਬੀਐਸਸੀ ਨਰਸਿੰਗ ਤੋਂ ਬਾਅਦ ਚਾਈਲਡ ਐਂਡ ਯੂਥ, ਜੋ ਚਾਈਲਡ ਐਂਡ ਯੂਥ ਕੇਅਰ, ਯੂਥ ਕੇਅਰ। ਅਤੇ ਕਿੰਨੇ ਸਾਲ ਦਾ ਇਹ? ਇਹ ਬਾਈ 3 ਸਾਲਾਂ ਦਾ 6 ਸਮੈਸਟਰ ਹੈਗੇ। 3 ਸਾਲਾਂ ਦਾ 6 ਸਮੈਸਟਰ ਨੇ, ਅਤੇ ਇਸ ਤੋਂ ਬਾਅਦ ਕੀ ਸਕੋਪ ਕੀ ਅੱਗੇ? ਉਸ ਤੋਂ ਬਾਅਦ ਵੀਰੇ ਆਪਾਂ ਮਤਲਬ ਹੋਮ ਕੇਅਰ ਜਾ ਸਕਦੇ ਹਾਂ, ਚਾਈਲਡ ਕੇਅਰ ਜਾ ਸਕਦੇ ਹਾਂ, ਡਰੱਗ ਅਡਿਕਟਡ ਪਰਸਨ ਜਿਹੜੇ ਉਹਨਾਂ ਦੀ ਕੇਅਰ ਜਾ ਸਕਦੇ ਹਾਂ। ਓਕੇ, ਠੀਕ ਆ ਵੀਰੇ। ਅਤੇ ਅੱਗੇ ਕੁਛ ਆਰਪੀਐਨ ਅਤੇ ਆਰਐਨ ਦਾ ਕੁਛ ਕੀਤਾ ਹਜੇ ਤੱਕ? ਨਹੀਂ ਵੀਰੇ, ਹਜੇ ਕੁਛ ਨਹੀਂ ਕੀਤਾ। ਸੋ ਤੁਹਾਨੂੰ ਇਨਫੋਰਮੇਸ਼ਨ ਦਾ ਸਮੈਸਟਰ ਹੀ ਹੋਇਆ ਇਹ ਤਾਂ? ਨਹੀਂ 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 ਨਹੀਂ, ਓਕੇ। ਉਹਦੇ ਬਾਰੇ ਕੋਈ ਇਨਫੋਰਮੇਸ਼ਨ ਚਾਹੀਦੀ ਹੋਈ ਤੁਸੀਂ ਮੈਨੂੰ ਕੰਟੈਕਟ ਕਰ ਦਿਓ। ਠੀਕ ਹੈ ਵੀਰੇ। ਅਤੇ ਹੋਰ ਕੋਈ ਇੰਡੀਆ ਸੰਦੇਸ਼ ਦੇਣਾ ਹੋਵੇ ਪਿੰਡ ਕੋਈ? ਬਸ ਠੀਕ ਠਾਕ, ਵਧੀਆ ਬਾਈ, ਪੜ੍ਹੋ ਸਾਰੇ, ਠੀਕ, ਮਾਂ ਪਿਓ ਦੀ ਕੇਅਰ ਕਰਿਆ ਕਰੋ, ਚਲੋ ਬੰਦਾ ਕੁਝ ਬਣ ਜਾਂਦਾ, ਜਾਇ ਤਾਂ ਮਾਂ ਪਿਓ ਭੁੱਲ ਜਾਂਦੇ ਆ। ਉਹ ਠੀਕ ਹੈ ਵੀਰੇ, ਬਹੁਤ ਵਧੀਆ ਸੋਚ ਆ ਮੁੰਡੇ ਦੀ, ਅਤੇ ਰੱਬ ਤਰੱਕੀਆਂ ਬਖਸ਼ੇ। ਅਤੇ ਅੱਗੇ ਬਾਈ, ਹਾਂਜੀ ਵੀਰੇ। ਮੇਰਾ ਨਾਮ ਵੀਰੇ ਕੌਰ ਸਿੰਘ, ਮੈਂ ਕੁਰਸ਼ੇਤਰ ਤੋਂ ਹਰਿਆਣੇ ਤੋਂ। ਕੌਰ ਸਿੰਘ? ਹਾਂਜੀ, ਠੀਕ ਹੈ, ਕੁਰਸ਼ੇਤਰ ਹਰਿਆਣੇ ਤੋਂ। ਹਾਂਜੀ। ਅੱਛਾ ਵੀਰੇ, ਅਤੇ ਕੀ ਤੁਸੀਂ ਕੀ ਕਰ ਰਹੇ ਹੋ ਇੱਥੇ? ਮੈਂ ਵੀਰੇ ਬਿਜ਼ਨਸ ਸੇਲਸ ਐਂਡ ਮਾਰਕੀਟਿੰਗ ਕਰਨਾ ਵਾ, ਅਤੇ ਮੈਂ ਪਲੱਸ ਟੂ ਕਰਕੇ ਆਇਆ ਕਮਰਸ ਇੰਡੀਆ। ਪਲੱਸ ਟੂ ਕਰਕੇ ਆਇਆ ਕਮਰਸ ਇੰਡੀਆ ਤੋਂ? ਅਤੇ ਬੈਂਡ ਕੀ ਰਿਕੁਆਇਰਮੈਂਟ ਸੀਗੀ ਇਹਦੇ ਵਿੱਚ ਕੋਰਸ ਵਾਸਤੇ? ਕੋਰਸ ਵਾਸਤੇ ਵੀਰੇ 6 ਸੀ 6 ਮੇਰੇ ਆਏ ਸਨ। 6 ਸੀ? ਹਾਂਜੀ, ਠੀਕ ਹੈ ਵੀਰੇ। ਕੰਪਨੀ ਸੇਲਸ ਐਂਡ ਮਾਰਕੀਟਿੰਗ ਬਾਰੇ ਹੁੰਦਾ, ਜੋ ਸੇਲਸ ਹੋਵੇ ਮਾਰਕੀਟਿੰਗ। ਠੀਕ ਆ ਬਾਈ, ਬਾਈ ਹਰਿਆਣੇ ਤੋਂ ਆ ਨਾ ਵੀਰੇ? ਹਾਂਜੀ। ਠੀਕ ਆ, ਅਤੇ ਕੋਈ ਸੰਦੇਸ਼, ਕੋਈ ਮੈਸੇਜ ਦੇਣਾ ਹੋਵੇ ਪਿੰਡ ਦੇ ਯਾਰਾਂ ਦੋਸਤਾਂ ਨੂੰ, ਮੁੰਡਿਆਂ ਨੂੰ? ਯਾਦ ਆਉਂਦੀ ਸਾਰਿਆਂ ਦੀ ਆਈ। ਠੀਕ ਆ, ਚਲੋ ਬਾਈ ਖੁਸ਼ ਰਹੋ ਸਾਰੇ ਜਣੇ, ਅਤੇ ਤਰੱਕੀਆਂ ਕਰੋ ਸਾਰੇ ਜਣੇ, ਠੀਕ ਆ ਵੀਰੇ। ਅੱਛਾ ਬਾਈ, ਅਗਲਾ ਮੁੰਡਾ। ਹਾਂਜੀ, ਮੇਰਾ ਨਾਮ ਦਲਜੀਤ ਸਿੰਘ ਹੈ ਜੀ। ਅੱਛਾ ਵੀਰੇ, ਜ਼ਿਲ੍ਹਾ ਲੁਧਿਆਣੇ ਦਾ ਜੀ ਰਹਿਣ ਵਾਲਾ। ਓਕੇ, ਅਤੇ ਤੁਸੀਂ ਕੀ ਕੀਤਾ ਵੀਰੇ? ਮੈਂ ਬੀ ਐੱਸ ਸੀ ਨਰਸਿੰਗ ਰੀਸੈਂਟਲੀ। ਇਹ ਬੰਦਾ ਮੇਰੇ ਨਾਲ ਪੜ੍ਹਿਆ ਹੋਇਆ, ਦੇਖ ਕਿਵੇਂ ਕਰਦਾ ਇੰਟਰਵਿਊ। ਡਿਵੈਲਪਮੈਂਟਲ ਸੋਸ਼ਲ ਵਰਕਰ ਪ੍ਰੋਗਰਾਮ ਆ। ਮੈਂ ਬਾਈ ਪਹਿਲੀ ਵਾਰ ਸੁਣਿਆ ਯਾਰ। ਡਿਵੈਲਪਡ ਪਰਸਨ ਆ, ਉਹਨਾਂ ਨੂੰ ਆਪਾਂ ਕੇਅਰ ਕਿਵੇਂ ਕਰ ਸਕਦੇ ਹਾਂ, ਨਰਸਿੰਗ ਹੋਮ 'ਚ ਜਾ ਸਕਦੇ ਹਾਂ। ਠੀਕ ਹੈ, ਵਧੀਆ ਸਕੋਪ ਆ ਵੀ ਆਪਾਂ ਸੁਸਾਇਟੀ ਦੇ ਵਿੱਚ, ਕਮਿਊਨਿਟੀ ਦੇ ਵਿੱਚ ਕਿੱਦਾਂ ਕਿੰਨੀ ਵਧੀਆ ਕੰਟਰੀਬਿਊਸ਼ਨ ਪਾ ਸਕਦੇ ਹਾਂ, ਕਿਉਂਕਿ ਆਪਾਂ ਆਪਦੇ ਮਾਂ ਪਿਓ ਦੀ ਵੀ ਵੈਲਿਊ ਤਾਂ ਹੀ ਪਾ ਸਕਦੇ ਹਾਂ ਜੇ ਆਪਾਂ ਕਿਸੇ ਦੀ ਅਨਸਾਰੀ ਤੇ ਹਿਊਮੈਨਿਟੀ ਆਪਾਂ ਰੱਖਾਂਗੇ ਆਪਦੇ ਵਿੱਚ। ਇਹ ਬੰਦੇ ਦੇ ਵਿਚਾਰ ਬਹੁਤ ਤਗੜੇ ਨੇ, ਉਹਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ ਸਿੱਧਾ ਵੀ ਜੇ ਕੋਈ ਵਿਚਾਰ ਲੈਣੇ ਹੋਣ। ਚੰਗਾ ਸਕੋਪ ਆ, ਤੇ ਮਾਂ ਪਿਓ ਨੂੰ ਇੱਜ਼ਤ ਦਿਆ ਕਰੋ, ਮਾਂ ਪਿਓ ਮਸਾ ਲੱਭਦੇ ਆ। ਇਹ ਇਹ ਬੰਦੇ ਨਾਲ ਆਪਾਂ ਇੱਕ ਅਲੱਗ ਤੋਂ ਵਲੌਗ ਬਣਾਵਾਂਗੇ, ਇਹਦੀ ਥਿੰਕਿੰਗ ਬਹੁਤ ਤਗੜੀ ਆ, ਇਹਨੂੰ ਆਪਾਂ ਫੇਰ ਕਦੇ ਬਣਾ ਕੇ ਨਾ ਬਣਾਉਂਦੇ ਆ। ਮੈਂ ਗੁਰਜੀਤ ਸਿੰਘ ਆ, ਤੇ ਮੈਂ ਬਟਾਲੇ ਤੋਂ ਆ। ਭਈਆ ਪਾਣੀ ਠੰਡਾ ਪੀ ਜਾਂਦਾ ਯਾਰ ਤੂੰ? ਠੰਡਾ ਹੀ ਆ ਮੇਰੇ। ਨਹੀਂ ਠੰਡ ਨਹੀਂ, ਬਾਹਰ -10 ਹੋਇਆ ਬੈਠਾ ਟੈਂਪਰੇਚਰ। ਹਾਂਜੀ, ਤੇ ਮੇਰਾ ਕੋਰਸ ਆ ਇੱਥੇ ਆਰਟਸ ਐਂਡ ਸਾਇੰਸ ਦਾ। ਓਕੇ, ਤੇ ਸਕੋਰਸ ਦਾ ਤਾਂ ਪਤਾ ਨਹੀਂ ਕਿਹਦਾ ਹੈ ਕਿ ਨਹੀਂ, ਕਰੀ ਅਸੀਂ ਜਾਣੇ ਆ। ਨਹੀਂ ਨਹੀਂ, ਫੇਰ ਵੀ ਐਂ ਤਾਂ ਕੋਈ ਸੋਚਦਾ ਹੋਣੀ ਆ ਵੀ ਇਹਦੇ ਅੱਗੇ ਕਰ ਸਕਦੇ ਆ। ਮੈਂ ਨਿਕਲਦੀ ਗਿਆ ਜੇ ਟੀਚਰ ਬੰਦਾ ਬਣ ਸਕਦਾ, ਟੀਚਰ ਤੇ ਜਾ ਸਕਦਾ, ਬੈਂਕਿੰਗ ਤੇ ਜਾ ਸਕਦਾ। ਤੇ ਤੇਰੀ ਪਿੱਛੋਂ ਪ੍ਰੀਵੀਅਸ ਕੁਆਲੀਫਿਕੇਸ਼ਨ ਕੀ ਹੈ? ਮੈਂ ਪਲੱਸ 2 ਕਰਕੇ ਆਇਆ ਨਾਨ ਮੈਡੀਕਲ। ਪਲੱਸ 2 ਨਾਨ ਮੈਡੀਕਲ, ਤੇ ਉਸ ਤੋਂ ਬਾਅਦ ਤੂੰ ਆਇਲਸ ਕੀਤੀ? ਆਇਲਸ ਕੀਤੀ ਕਿੰਨੇ ਬੈਂਡ? ਮੇਰੇ 6 ਸੀ ਜੀ। 6 ਸੀ ਚ ਬੈਂਡ ਸੀਗੇ, ਠੀਕ ਆ ਵੀਰੇ। ਤੇ 2 ਸਾਲ ਦਾ ਪ੍ਰੋਗਰਾਮ ਹੈ? ਹਾਂਜੀ। ਮੈਨੂੰ ਪ੍ਰੋਗਰਾਮ ਦੁਬਾਰਾ ਨਾਮ ਬੋਲ ਦੇ। ਪ੍ਰੋਗਰਾਮ ਆਰਟਸ ਐਂਡ ਸਾਇੰਸ ਦਾ। ਆਰਟਸ ਐਂਡ ਸਾਇੰਸ? ਆਰਟਸ ਐਂਡ ਸਾਇੰਸ ਵੀ ਪ੍ਰੋਗਰਾਮ ਹੈ ਇੱਕ, ਪਲੱਸ 2 ਤੋਂ ਬਾਅਦ ਕਰ ਸਕਦੇ ਆਪਾਂ। 6 ਸੀ ਚ ਬੈਂਡ ਰਿਕੁਆਇਰਮੈਂਟ ਆ, ਤੇ ਲੋਇਲਿਸਟ ਕਾਲਜ ਵਿੱਚ। ਹਾਂਜੀ ਹਾਂਜੀ, ਬੈਲਵਿਲ। ਹਾਂਜੀ ਹਾਂਜੀ, ਅੱਗੇ ਮਿੱਤਰ। ਗੱਲ ਵੀਰੇ, ਮੇਰਾ ਨਾਮ ਆਦਿੱਤਿਆ ਤੇ ਮੈਂ ਲੁਧਿਆਣਾ। ਆਦਿੱਤਿਆ ਲੁਧਿਆਣੇ ਤੋਂ? ਹਾਂਜੀ। ਲੁਧਿਆਣੇ ਤੋਂ ਕਿਹੜਾ ਏਰੀਆ? ਮੇਰੇ ਮੇਨ ਰੋਡ ਗਿੱਲ ਰੋਡ ਤੋਂ। ਗਿੱਲ ਰੋਡ ਤੋਂ ਅਸੀਂ ਲੁਧਿਆਣੇ ਬਾਈ, ਮਾੜਾ ਮੋਟਾ ਅਸੀਂ ਡਿਊਟੀਆਂ ਡਾਟੀਆਂ ਲਾਉਂਦੇ ਰਹੇ ਹਾਂ। ਉਹ ਦੁਗਰੀ ਤੋਂ ਬਾਈ? ਹਾਂਜੀ, ਪਤਾ। ਠੀਕ ਆ ਠੀਕ ਆ ਠੀਕ ਆ। ਅੱਛਾ, ਤੇ ਕੀ ਹੁਣ ਤੂੰ ਕੀ ਕਰ
ਓਕੇ ਹਾਂਜੀ 10th ਤੋਂ ਬਾਅਦ 3 ਸਾਲ ਦਾ ਡਿਪਲੋਮਾ ਕੀਤਾ ਸਿਵਲ ਇੰਜੀਨੀਅਰਿੰਗ ਤੇ ਤੇ ਰਾਈਟ ਨਾਓ ਸਿਵਲ ਇੰਜੀਨੀਅਰ ਕਰ ਰਹੇ ਤੇ ਤੇਰੇ ਬੈਂਡ ਕੀ ਸੀਗੇ ਮੇਰੇ 6th ਸੀ ਸੀਗੇ 6th ਸੀ ਸੀਗੇ ਤੇ ਬੈਲਵਲ ਕਾਲਜ ਲੋਇਲਿਸਟ ਦੇ ਵਿੱਚ ਪੜ੍ਹ ਰਹੇ ਇਸ ਟਾਈਮ ਤੂੰ ਕੀ ਸੰਦੇਸ਼ ਦੇਣਾ ਚਾਹੁੰਦਾ ਆਪਦੇ ਬਾਈ ਬਾਈ ਮੈਂ ਇਹ ਸੰਦੇਸ਼ ਦੇਣਾ ਚਾਹੁੰਦਾ ਕਿ ਆਪਣੇ ਆਸ-ਪਾਸ ਦੇ ਲੋਕਾਂ ਦਾ ਸਾਥ ਸੁਥਰਾ ਰੱਖੋ ਤੇ ਇੱਕ ਦੂਜੇ ਦੀ ਰਿਸਪੈਕਟ ਕਰੋ ਕੀ ਹਾਲ ਨੇ ਵੀਰੇ ਵਧੀਆ ਵੀਰੇ ਬਣਾਓ ਆਪਣਾ ਇੰਟਰੋ ਦਿਓ ਆਪਦੀ ਮੇਰਾ ਨਾਮ ਗੁਰਸ਼ਰਨ ਸਿੰਘ ਹੈ ਤੇ ਮੈਂ ਸੈਕੰਡ ਸਮੈਸਟਰ ਦਾ ਸਟੂਡੈਂਟ ਹਾਂ ਤੇ ਵੀਰੇ ਕੀ ਪੜ੍ਹ ਕੇ ਆਏ ਇੰਡੀਆ ਤੋਂ ਮੈਂ ਕਮਰਸ ਕੀਤੀ ਸੀ ਪਲੱਸ 2 ਪਲੱਸ 2 ਕਮਰਸ ਕਰਕੇ ਉਸ ਤੋਂ ਬਾਅਦ ਕਿਹੜੇ ਕੋਰਸ ਦੇ ਵਿੱਚ ਆਏ ਹੋ ਤੁਸੀਂ ਮੈਂ ਸੇਲਸ ਐਂਡ ਮਾਰਕੀਟਿੰਗ ਚ ਆਇਆ ਇੱਥੇ ਲੋਇਲਿਸਟ ਕਾਲਜ ਕੀ ਅੱਗੇ ਸਕੋਪ ਕੀ ਹੈਗਾ ਸਕੋਪ ਆਪਣਾ ਸੇਲਸ ਹੀ ਹੈਗਾ ਸੇਲਸ ਦੇ ਵਿੱਚ ਤੇ ਰਿਕੁਆਇਰਮੈਂਟ ਕੀ ਹੈ ਇਹਦੇ ਵਿੱਚ ਕੋਰਸ ਵਾਸਤੇ ਆਉਣ ਵਾਸਤੇ ਰਿਕੁਆਇਰਮੈਂਟ ਹੀ ਜਿਵੇਂ ਜਦੋਂ ਤਾਂ ਮੈਂ ਅਪਲਾਈ ਕੀਤਾ ਸੀ ਉਦੋਂ ਓਵਰਆਲ ਹੈਗੇ ਸੀ 6 ਓਕੇ ਤੇ ਨੋਟ ਲੈਸ ਦੈਨ 5.5 ਹਾਂ ਤੇ ਹੁਣ ਰਾਈਟ ਨਾਓ ਦਾ ਐਸਡੀਐਸ ਪ੍ਰੋਗਰਾਮ ਚੱਲ ਪਿਆ ਜਿਹਦੇ ਵਿੱਚ 6 ਇੰਚ ਚਾਹੀਦੇ ਹਨ ਹਾਂਜੀ 6 ਇੰਚ ਠੀਕ ਹੈ ਓਰੀਐਂਟੇਸ਼ਨ ਜਾ ਰਹੀ ਹੈ ਜੀ ਨੀਚੇ ਓਰੀਐਂਟੇਸ਼ਨ ਚੱਲ ਰਹੀ ਹੈ ਬੱਚਿਆਂ ਦੀ ਜੋ ਨਵੇਂ ਬੱਚੇ ਆਏ ਨੇ ਲੋਇਲਿਸਟ ਕਾਲਜ ਦੇ ਵਿੱਚ ਹੋਰ ਬਾਈ ਕੀ ਹਾਲ ਨੇ ਸਾਰਿਆਂ ਦੇ ਕੀ ਨਾਮ ਕੀ ਆਪਣਾ ਵੀਰੇ ਅਤਿੰਦਰ ਜੀ ਅਤਿੰਦਰ ਤੇ ਕਿਹੜਾ ਇਲਾਕਾ ਕਿਹੜਾ ਅੰਬਾਲਾ ਸ਼ਹਿਰ ਅੰਬਾਲਾ ਸ਼ਹਿਰ ਤੋਂ ਮੁੰਡਾ ਤੇ ਹਰਿਆਣੇ ਤੋਂ ਅੰਬਾਲਾ ਸ਼ਹਿਰ ਤੇ ਕੀ ਪੜ੍ਹਨਾ ਹੈ ਵੀਰੇ ਇੱਥੇ ਬਿਜ਼ਨਸ ਸੇਲਸ ਐਂਡ ਮਾਰਕੀਟਿੰਗ ਦਾ 2 ਸਾਲ ਦਾ ਡਿਪਲੋਮਾ ਹੈ ਤੇ ਇੰਡੀਆ ਤੋਂ ਕੀ ਕੀਤਾ ਵੀਰੇ 12th ਕੀਤੀ 12th ਕੀਤੀ ਵੀ ਆ ਓਕੇ ਤੇ ਆਪਣਾ ਵੀਰੇ ਮੇਰਾ ਨਾਮ ਦਵਿੰਦਰਪਾਲ ਸਿੰਘ ਦਵਿੰਦਰਪਾਲ ਸਿੰਘ ਤੇ ਇੱਥੇ ਤੁਸੀਂ ਕੀ ਕਰਨਾ ਹੈ ਪੀਜੀ ਡਿਪਲੋਮਾ ਕੋਰਸ ਪ੍ਰੋਜੈਕਟ ਮੈਨੇਜਮੈਂਟ ਪੀਜੀ ਡਿਪਲੋਮਾ ਕੋਰਸ ਆਫਟਰ ਬੈਚਲਰਸ ਕਾਹਦੀ ਕੀਤੀ ਹੈ ਵੀਰੇ ਸਿਵਲ ਇੰਜੀਨੀਅਰਿੰਗ ਓਕੇ ਤਾਂ ਕੋਈ ਮੈਸੇਜ ਦੇਣਾ ਚਾਹੋ ਇੰਡੀਆ ਦੇ ਵਿੱਚ ਓਕੇ ਓਕੇ ਤੇ ਆਪਣਾ ਕੀ ਵਿਚਾਰ ਨੇ ਬਾਈ ਕਾਲਜ ਬਾਰੇ ਲੈ ਰਹੇ ਹੋ ਨਜ਼ਾਰੇ ਚਲੋ ਠੀਕ ਹੈ ਵੀਰੇ ਥੈਂਕ ਯੂ ਸਾਹਿਬ ਦਾ ਓਕੇ such an important piece then. Yeah. Oh, no, no. Okay, so follow at Wellness Loyalist. So you have to... ਇੱਕ ਐਂ ਪੁੱਛਣਾ ਸੀ ਵੀ ਤੂੰ ਜਿਹੜਾ ਕੋਰਸ ਲੈ ਕੇ ਆਇਆ ਨਾ ਤੇਰਾ ਕੋਰਸ ਦੁਬਾਰਾ ਮੈਨੂੰ ਦੱਸ ਕੀ ਹੈ ਤੇਰਾ ਕੋਰਸ ਮੇਰਾ ਡੀ ਐਸ ਡਬਲਿਊ ਕੋਰਸ ਆ 2 ਸਾਲ ਦਾ ਡੀ ਐਸ ਡਬਲਿਊ ਕੀ ਦੁਬਾਰਾ ਮੈਂਟਲ ਸੋਸ਼ਲ ਵਰਕਰ ਪ੍ਰੋਗਰਾਮ ਓਕੇ ਨਰਸਿੰਗ ਦੇ ਵਿੱਚ ਰਿਲੇਟਡ ਆ ਅਤੇ ਵੀ ਮਤਲਬ ਇਹਦੇ ਵਿੱਚ ਆਪਾਂ ਡੀ ਵੈਲਿਊਡ ਪਰਸਨ ਨੇ ਜਿਹੜੇ ਵੀ ਮਤਲਬ ਛੋਟੇ ਬੱਚੇ ਆ ਚਾਹੇ ਵੱਡੇ ਆ ਜਿਹੜੇ ਮਤਲਬ ਆਪਣੇ ਆਪ ਡਿਸੇਬਿਲਿਟੀ ਵਾਲੇ ਓਕੇ ਵੀ ਆਪਾਂ ਉਹਨਾਂ ਦੀ ਕੇਅਰ ਕਰ ਸਕਦੇ ਹਾਂ ਵੀ ਕਰਦੇ ਨਹੀਂ ਸਮਝਦੇ ਜਾਂ ਮਤਲਬ ਬਜ਼ੁਰਗਾਂ ਦੀ ਆਪਾਂ ਨੂੰ ਸੇਵਾ ਕਰਨ ਦਾ ਮੌਕਾ ਮਿਲਦਾ ਓਕੇ ਸਮਝ ਗਿਆ ਮਤਲਬ ਤੇਰਾ ਜਿਹੜਾ ਮੇਨਲੀ ਪ੍ਰੈਕਟੀਕਲ ਕੋਰਸ ਆ ਇਹ ਪ੍ਰੈਕਟੀਕਲ ਕਮਿਊਨਿਟੀ ਬੇਸਡ ਤੇਰਾ ਕਮਿਊਨਿਟੀ ਬੇਸਡ ਪ੍ਰੈਕਟੀਕਲ ਕੋਰਸ ਆ ਚੱਲ ਵੀਰੇ ਸਾਰਿਆਂ ਦੇ ਵਧੀਆ 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 ਤੇ ਅੱਛਾ ਮੈਂ ਹੁਣ ਪਹਿਲਾਂ ਇੱਕ ਤੋਂ ਪਹਿਲੇ ਤੋਂ ਸਟਾਰਟ ਕਰਦਾ ਠੀਕ ਆ ਅੱਛਾ ਬਈ ਆਪਣਾ ਇੰਟਰੋ ਦੇ ਦੇ ਕੀ ਆ ਮੇਰਾ ਨਾਮ ਭਵਨਜੋਤ ਸਿੰਘ ਸਿੱਧੂ ਆ ਤੇ ਮੈਂ ਬੈਲਵਿਲ ਕਾਲਜ ਲੋਇਲਿਸਟ ਕਾਲਜ ਚ ਪੜ੍ਹਦਾ ਆ ਤੇ ਮੇਰਾ ਕੋਰਸ ਮੋਟਿਵ ਆਰ ਟੈਕਨੀਸ਼ੀਅਨ ਆ ਕਿਹੜਾ ਬਾਈ ਕਿਹੜਾ ਕਿਹੜਾ ਕੋਰਸ ਮੋਟਿਵ ਪਾਵਰ ਟੈਕਨੀਸ਼ੀਅਨ ਇਟਸ ਰਿਲੇਟਡ ਟੂ ਆਟੋਮੋਟਿਵ ਹਾਂਜੀ ਆਟੋਮੋਟਿਵ ਦੇ ਨਾਲ ਰਿਲੇਟਡ ਇਹਦਾ ਕੋਰਸ ਆ ਤੇ ਪਿੱਛੋਂ ਕੀ ਕੀਤਾ ਬਈ ਆਪਣਾ ਮੈਂ ਪਲੱਸ 2 ਕਰਕੇ ਆਇਆ ਇੱਥੇ ਤੇ ਬਸ ਇਹੀ ਕੀਤਾ ਪਲੱਸ 2 ਕਰਕੇ ਆਇਆ ਤੇ ਪਲੱਸ 2 ਮੈਡੀਕਲ ਜਾਂ ਨਾਨ ਮੈਡੀਕਲ ਨਾਨ ਮੈਡੀਕਲ ਪਲੱਸ 2 ਨਾਨ ਮੈਡੀਕਲ ਤੋਂ ਬਾਅਦ ਤੁਸੀਂ ਆਟੋਮੋਟਿਵ ਟੈਕਨੀਸ਼ੀਅਨ ਦਾ ਕੋਰਸ ਕਰ ਸਕਦੇ ਹਾਂਜੀ ਠੀਕ ਹੈ ਤੇ ਬੈਂਡ ਕੀ ਰਿਕੁਆਇਰਮੈਂਟ ਸੀ ਉਦੋਂ 6 ਈਚ ਚਾਹੀਦੇ ਸੀਗੇ ਤੇ ਮੇਰੇ 7 ਆ ਗਏ ਸੀ ਚਲੋ ਇਹ ਮੁੰਡਾ ਪੜ੍ਹਨ ਵਾਲਾ ਵੀ ਐਨਕਾਂ ਵੀ ਲੱਗੀਆਂ ਹੋਈਆਂ ਨੇ ਠੀਕ ਆ ਆਹ ਦੂਜਾ ਬਾਈ ਆ ਹਾਂਜੀ ਵੀਰੇ ਆਪਣਾ ਨਾਮ ਕੀ ਆ ਬਈ ਮੇਰਾ ਨਾਮ ਵੈਭਵ ਆ ਅੱਛਾ ਤੇ ਮੈਂ ਲੋਇਲਿਸਟ ਕਾਲਜ 'ਚ ਇੱਕ ਬਿਜ਼ਨਸ ਕਰਦਾ ਪਿਆ ਬਿਜ਼ਨਸ ਦੀ ਪੜ੍ਹਾਈ ਬਿਜ਼ਨਸ ਦੀ ਪੜ੍ਹਾਈ ਕਰਦਾ ਪਿਆ ਮੈਂ ਕਿਤੇ ਲੋਇਲਿਸਟ ਕਾਲਜ ਨਾਲ ਬਿਜ਼ਨਸ ਕਰੀ ਜਾਂਦਾ ਠੀਕ ਹੈ ਠੀਕ ਹੈ ਠੀਕ ਹੈ ਪੜ੍ਹਾਈ ਕਰਦਾ ਪਿਆ ਓਕੇ ਕਿੱਥੋਂ ਆਪਣਾ ਬੈਕਗ੍ਰਾਉਂਡ ਕੀ ਆ ਬਾਈ ਮੈਂ ਜਲੰਧਰ ਤੋਂ ਜਲੰਧਰ ਉੱਧਰ ਦੱਸ ਬਾਈ ਉਹ ਦੇ ਬੰਦੇ ਦੇ ਜਲੰਧਰ ਤੋਂ ਜੀ ਜਲੰਧਰ ਤੋਂ ਆ ਤੇ ਕੋਈ ਮੈਸੇਜ ਦੇਣਾ ਚਾਹੁੰਦਾ ਇੰਡੀਆ ਕੋਈ ਆਪਣੇ ਘਰਦਿਆਂ ਨੂੰ ਜਾਂ ਕੁਝ ਨਹੀਂ ਬਈ ਮੈਸੇਜ ਤਾਂ ਹੀ ਆ ਬਸ ਹੁਣੇ ਤਾਂ ਆਇਆ ਹਜੇ ਲੱਗੀ ਮੈਸੇਜ ਚੱਲ ਠੀਕ ਆ ਮੇਰਾ ਸਪਟੰਬਰ ਇੰਟੇਗਾ ਓਕੇ ਬਾਈ ਚਲੋ ਕੋਈ ਚੱਕਰ ਨਹੀਂ ਵੀਰੇ ਖੁਸ਼ ਰਹੋ ਠੀਕ ਹੈ ਓਕੇ ਵੀਰੇ ਸਤਿ ਸ਼੍ਰੀ ਅਕਾਲ ਬਾਈ ਜੀ ਮੇਰਾ ਨਾਮ ਗੁਰਦੀਪ ਸਿੰਘ ਹੈ ਜੀ ਤੇ ਮੈਂ ਜਨਰਲ ਆਰਟਸ ਐਂਡ ਸਾਇੰਸ ਸਟੱਡੀ ਕਰਦਾ ਲੋਇਲਿਸਟ ਕਾਲਜ ਬੈਲੀਵਿਲ ਚ ਓਕੇ ਤੁਹਾਡੀ ਬੈਕਗ੍ਰਾਉਂਡ ਦੱਸ ਦਿਓ ਮੈਨੂੰ ਮੈਂ ਬੀਐਸਸੀ ਐਗਰੀਕਲਚਰ ਕਰਕੇ ਆਇਆ ਖਾਲਸਾ ਕਾਲਜ ਪਟਿਆਲਾ ਤੋਂ ਤੇ ਉਰੇ ਮੈਂ ਜਨਰਲ ਆਰਟਸ ਐਂਡ ਸਾਇੰਸ ਓਕੇ ਦੱਸ ਗੁੱਡ ਤੇ ਅੱਗੇ ਕੀ ਫਿਊਚਰ ਪਲਾਨ ਕੀ ਆ ਫਿਊਚਰ ਪਲਾਨ ਬਿਜ਼ਨਸ ਦਾ ਹੀ ਹੈ ਵੀਰੇ ਇੱਥੇ ਕੈਨੇਡਾ ਚ ਬਿਜ਼ਨਸ ਟੀਮਸ ਬਹੁਤ ਵਧੀਆ ਨੇ ਓਕੇ ਤੁਸੀਂ ਬਿਜ਼ਨਸ ਡਿਵੈਲਪ ਕਰ ਸੋ ਤੁਸੀਂ ਲਾਈਕ ਕਰ ਰਹੇ ਹੋ ਕੈਨੇਡਾ ਨੂੰ ਹਾਂਜੀ ਹਾਂਜੀ ਬਿਲਕੁਲ ਬਹੁਤ ਵਧੀਆ ਤੇ ਅੱਗੇ ਕੀ ਬੱਚਿਆਂ ਨੂੰ ਕੀ ਸੰਦੇਸ਼ ਦੇਣਾ ਹੈ ਮੈਸੇਜ ਹੈ ਵੀ ਆਪਣਾ ਤੁਸੀਂ ਬੈਂਡ ਰਿਕੁਆਇਰਮੈਂਟ ਵਧੀਆ ਰੱਖੋ ਤੇ ਜ਼ਰੂਰ ਕੈਨੇਡਾ ਆਓ ਕਿਉਂਕਿ ਬਹੁਤ ਓਪਰਚੁਨਿਟੀ ਵਧੀਆ ਹੈ ਸਟੂਡੈਂਟਸ ਚਲੋ ਵੀਰੇ ਠੀਕ ਹੈ ਥੈਂਕ ਯੂ ਬਹੁਤ ਵਧੀਆ ਲੱਗਿਆ ਮਿਲ ਕੇ ਉਸ ਤੋਂ ਅੱਗੇ ਵੀਰਾ ਚਲੋ ਬਈ ਕਿੱਦਾਂ ਭਰਾ ਸਾਰੇ ਠੀਕ ਠਾਕ ਨੇ ਵਧੀਆ ਬਾਈ ਨੇਮ ਹੈਗਾ ਮੇਰਾ ਕੇਡੀ ਸਿੰਘ ਐਂਡ
belong to Amritsar and plus naam bere kiya Kedeep Singh full pranay singer wala naam aa bhai da lagda mainu singer vi hona lagda bada utha hega bhai koi gauna na ਨਹੀਂ ਨਹੀਂ ਉਦਾਂ ਕੁਝ ਗਾਉਣਾ ਨਹੀਂ ਗਾਉਂਦਾ ਬਾਈ ਟਰੈਕ ਆ ਰਿਹਾ ਹੈ ਹਾਂ ਟਰੈਕ ਆ ਰਿਹਾ ਸੱਚੀ ਗੱਲ ਠੀਕ ਹੈ ਠੀਕ ਹੈ ਠੀਕ ਹੈ ਤੇ ਅੰਮ੍ਰਿਤਸਰ ਤੋਂ ਬਿਲੋਂਗ ਆ ਪਲੱਸ 2 ਕਰਕੇ ਆਏ ਆ ਸਾਲ ਹੋ ਗਿਆ ਆਇਆ ਨੂੰ ਓਕੇ ਤੇ ਕਰਈ ਆ ਇੱਥੋਂ ਸਟੂਡੈਂਟਾਂ ਨੂੰ ਇਹੀ ਮੈਸੇਜ ਆ ਪੜੋ ਭਰਾ ਜੇ ਪੜ ਸਕਦੇ ਤੇ ਕਰੋ ਯਾਰ ਲੈਟਸ ਤੇ ਆ ਜਾਓ ਇੱਥੇ ਵਧੀਆ ਫਿਊਚਰ ਹੈਗਾ ਤੇ ਸਾਂਭੋਗੇ ਫਿਰ ਬੱਚਿਆਂ ਨੂੰ ਨਾ ਵੀ ਸਾਂਭਦੇ ਆ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਚਲੋ ਠੀਕ ਹੈ ਵੀਰੇ ਚਲੋ ਅਗਲਾ ਬੰਦਾ ਬਾਈ ਮੇਰਾ ਨਾਮ ਹੈ ਹਰਵਿੰਦਰ ਸਿੰਘ ਸ਼ੇਰਗਿੱਲ ਤੇ ਜਿਹੜਾ ਸੁਪਨਾ ਸੰਗਰੂਰ ਆ ਤੇ ਪਿੰਡ ਕਿਹੜਾ ਮਤਰਾ ਸੰਗਰੂਰ ਪਿੰਡ ਖੇੜੀ ਗੱਲਾਂ ਯਾਰ ਖੇੜੀ ਗੱਲਾਂ ਕਿੱਧਰ ਪੈ ਜਾਂਦਾ ਸੀ ਇਸ ਨਾਮ ਕੋਲ ਪੈ ਜਾਂਦਾ ਬਾਈ ਮੈਂ ਇਸ ਨਾਮ ਦਾ ਤੂੰ ਸੁਣਾ ਭਰਾ ਇਸ ਨਾਮ ਕੋਲ ਨਹੀਂ ਪੈਂਦਾ ਝੂਠ ਨਾ ਖੇੜੀ ਖੇੜੀ ਉੱਥੀ ਆ ਖੇੜੀ ਗੱਲਾਂ ਮੇਰਾ ਵੀ ਸੰਗਰੂਰ ਹੀ ਜਿਹੜਾ ਵੇ ਦੋ ਨੇ ਖੇੜੀਆਂ ਬਹੁ ਨੇ ਵੀਰੇ ਖੇੜੀ ਗੱਲਾਂ ਹੈਗਾ ਆਪਣਾ ਪਟਿਆਲਾ ਤੇ ਸੰਗਰੂਰ ਦੇ ਬਾਰਡਰ ਤੇ ਪਟਿਆਲਾ ਤੇ ਸੰਗਰੂਰ ਦੇ ਬਾਰਡਰ ਤੇ ਆ ਪਿੰਡ ਚੰਨੋ ਦੇ ਇਹ ਤੂੰ ਭਵਾਨੀਗੜ ਕੋਲੇ ਕਹਿ ਸਕਦਾ ਹਾਂਜੀ ਹਾਂ ਭਵਾਨੀਗੜ ਦੇ ਭਵਾਨੀਗੜ ਤਹਿਸੀਲ ਭਵਾਨੀਗੜ ਚਲੋ ਵੀਰੇ ਤੂੰ ਕੋਈ ਮੈਸੇਜ ਦੇਣਾ ਚਾਹੁੰਦਾ ਹੋਵੇ ਹਾਂ ਵੀਰੇ ਜੀ ਤੋਂ ਦੇਖੋ ਜਿਹਦਾ ਇੰਡੀਆ ਸੈੱਟ ਆ ਉਹ ਤਾਂ ਇੰਡੀਆ ਵਧੀਆ ਹੈ ਬਾਕੀ ਜਿਹੜੇ ਠੀਕ ਆ ਜੇ ਘਰ ਆਪਣੇ ਵਰਗੇ ਨੇ ਬਾਈ ਉਹਨਾਂ ਨੂੰ ਇਹੀ ਆ ਕਿ ਪੜ੍ਹੋ ਪੜ੍ਹ ਕੇ ਆਦਾ ਕਰੋ ਬੈਂਡ ਵਧੀਆ ਲੈ ਕੇ ਆਪਣਾ ਸਟੱਡੀ ਕਰਨ ਆਵੋ ਮਿਹਨਤਾਂ ਕਰੋ ਇੱਥੇ ਤੂੰ ਆਪਦੀ ਸਟੱਡੀ ਤਾਂ ਦੱਸੀ ਨਹੀਂ ਯਾਰ ਕੀ ਪੜ੍ਹਦਾ ਸਟੱਡੀ ਵੀਰੇ ਜਰਨਲ ਆਰਟਸ ਐਂਡ ਸਾਇੰਸ ਆ ਸੇਮ ਆ ਯਾਰ ਅਸੀਂ ਜਰਨਲ ਆਰਟਸ ਐਂਡ ਸੇਮ ਦੱਸ ਦਿਉ ਹੱਥ ਖੜੇ ਕਰ ਦਿਉ ਜਿਹਦੀ ਇਹਦੀ ਸੇਮ ਆ ਚਲੋ ਠੀਕ ਆ ਅੱਛਾ ਓਕੇ ਤੇ ਕੀ ਤੇਰੀ ਕੀ ਬੈਂਡ ਰਿਕੁਆਇਰਮੈਂਟ ਸੀ ਬੈਕ ਹੋਮ ਮੇਰੀ ਵੀਰੇ 6 ਸੀ ਤਾਂ ਜ਼ਿਆਦਾ ਆਪਾਂ ਆਏ ਹਾਂ ਅਤੇ 6.5 ਬੈਂਡ ਸੀ ਓਕੇ ਅਤੇ ਤੂੰ ਕੀ ਸਟੱਡੀ ਕੀ ਕੀਤਾ ਸੇਮ ਸਟੱਡੀ ਕੀਤੀ ਪਲੱਸ 2 ਕੀਤੀ ਸੀ ਵੀਰੇ ਆਰਟਸ 'ਚ ਪਲੱਸ 2 ਆਰਟਸ ਇਹ ਵੀ ਨੋਨ ਮੈਡੀਕਲ ਵਾਲੀ ਆ ਸਕਦੇ ਨੇ ਆਰਟਸ ਵਾਲੀ ਓਕੇ ਆਰਟਸ ਵਾਲਾ ਵੀ ਆ ਸਕਦਾ ਨੋਨ ਮੈਡੀਕਲ ਵਾਲਾ ਵੀ ਆ ਸਕਦਾ ਬਾਕੀ ਯਾਰ ਆਪਣੇ ਤੇ ਡਿਪੈਂਡ ਆ ਕਿ ਕਿਹੜਾ ਸਟ੍ਰੀਮ ਲੈਣਾ ਆਪਾਂ ਨੂੰ ਸੀ ਵੀ ਚੱਲ ਸਿੰਪਲ ਸਟੱਡੀ ਕਰੀਏ ਪਰ ਵਧੀਆ ਸਟੱਡੀ ਕਰੀਏ ਓਕੇ ਵੀਰੇ ਠੀਕ ਆ ਬਹੁਤ ਇਨਫੋਰਮੇਟਿਵ ਆ ਵੀ ਇਕੱਲੇ ਆਪਾਂ ਨੋਨ ਮੈਡੀਕਲ ਵਾਲੇ ਨਹੀਂ ਵੀ ਕਹਦੇ ਨੋਨ ਮੈਡੀਕਲ ਵਾਲਾ ਆ ਸਕਦਾ ਤੇ ਪਲੱਸ ਠੀਕ ਹੈ ਚਲੋ ਅੱਗੇ ਵੀਰੇ ਸਸਿਕਾ ਬਾਈ ਠੀਕ ਆ ਮੇਰਾ ਨਾਮ ਬਾਈ ਸੰਜੀਵ ਕੁਮਾਰ ਆ ਤੇ ਮੈਂ ਬੈਕਗ੍ਰਾਉਂਡ ਹੁਸ਼ਿਆਰਪੁਰ ਤੋਂ ਓਕੇ ਮੇਰਾ ਇੱਥੇ ਲੋਇਲਿਸਟ ਸਸਿਕਾ ਬਾਈ ਜੀ ਮੇਰਾ ਨਾਮ ਸੁਖਪਿੰਦਰ ਸਿੰਘ ਹੈ ਤੇ ਮੈਂ ਮੋਗੇ ਜ਼ਿਲ੍ਹੇ ਤੋਂ ਬਿਲੋਂਗ ਕਰਦਾ ਪਿੰਡ ਮਾਣੂਕੇ ਗਿੱਲ ਮਾਣੂਕੇ ਗਿੱਲ ਠੀਕ ਆ ਬਾਈ ਤੇ ਬਾਈ ਮੇਰਾ ਆਇਲਸ ਦੇ ਵਿੱਚ 6 ਸੀ ਸੀਗੇ ਤੇ ਮੈਂ ਇੱਥੇ ਲੋਇਲਿਸਟ ਕਾਲਜ ਬੈਲਵਿਲ ਦੇ ਵਿੱਚ ਜਨਰਲ ਆਰਟਸ ਐਂਡ ਸਾਇੰਸ ਦਾ ਕੋਰਸ ਲਿਆ ਸੀ ਓਕੇ ਬ੍ਰਦਰ ਤੇ ਕੋਰਸ ਬਹੁਤ ਘੈਂਟ ਆ ਬਾਈ ਬਹੁਤ ਸਕੋਪ ਹੈ ਜਗਰੂਪ ਸਿੰਘ ਬਾਈ ਕਿੱਥੋਂ ਫਿਰ ਪੰਜਾਬ ਤੋਂ ਘਨੌਰ ਤੋਂ ਘਨੌਰ ਤੋਂ ਸਟੇਸ਼ਨ ਵਾਸਤੇ ਆਏ ਹੋਗੇ ਹਾਂਜੀ ਹਾਂਜੀ ਠੀਕ ਆ ਹੋਰ ਕਿਵੇਂ ਲੱਗ ਰਿਹਾ ਏਰੀਆ ਇਹ ਕਿਵੇਂ ਆ ਗੁੱਡ ਮੈਨ ਠੀਕ ਆ ਇੱਥੇ ਜਦੋਂ ਆਪਣੇ ਪੰਜਾਬੀ ਸ਼ੁਰੂ ਹੋਏ ਆਣੇ ਇੱਥੇ ਕੁਝ ਨਹੀਂ ਹੁੰਦਾ ਸੀਗਾ ਹਾਂ 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 ਹੁਣ ਤਾਂ ਕਬਜ਼ਾ ਆਪਣਾ ਹੀ ਆ ਭਰਾ ਚਲੋ ਠੀਕ ਹੈ ਬਈ ਓਕੇ ਥੈਂਕ ਯੂ ਬਹੁਤ ਵਧੀਆ ਲੱਗਿਆ ਮਿਲ ਕੇ ਵੀਰੇ ਬਹੁਤ ਦਲਜੀਤ ਫਿਰ ਕਿਵੇਂ ਲੱਗਿਆ ਬਸ ਆਠੇ ਮਾਰੀ ਗਿਆ ਆਠੇ ਮਾਰੀ ਆਠੇ ਵਾਲੇ ਨਹੀਂ ਤੈਨੂੰ ਕਿਵੇਂ ਲੱਗਿਆ ਫਿਰ ਵੀ ਮੈਂ ਪਹੁੰਚਿਆ ਤੇਰੇ ਕੋਲੇ ਅੱਜ ਹਾਂ ਬਹੁਤ ਵਧੀਆ ਬਾਈ ਯਾਰ ਯਾਰ ਦੋਸਤ ਨੂੰ ਆਪਾਂ ਮਿਲਿਆ ਹੀ ਹੈ ਜ਼ਰੂਰੀ ਆ ਕਿ ਨਹੀਂ ਇੰਜ ਨਾ ਮੇਰਾ ਦੂਣਾ ਹੋ ਗਿਆ ਹੌਸਲਾ ਚਲ ਉਦਾਂ ਵਧੀਆ ਨਾ ਏਰੀਆ ਦਾ ਰਹਿਣ ਦੋ ਨਜ਼ਾਰੇ ਆ ਠੰਡ ਬਹੁਤ ਆ ਪਰ ਇੱਥੇ ਯਾਰ ਹਨਾ ਇਟਸ ਸੋ ਕੋਲਡ ਓਵਰ ਹੇਅਰ ਰਾਈਟ ਯਾ ਚਲ ਠੀਕ ਆ ਠੀਕ ਆ ਹੋਰ ਮਾਂ ਪਿਓ ਨੂੰ ਕੁਝ ਕਹਿਣਾ ਚਾਹੁੰਦਾ ਹੋਵੇਂ ਮਾਂ ਪਿਓ ਨੂੰ ਮੈਸੇਜ ਕਰਦੇ ਆ ਠੀਕ ਆ ਹੋਰ ਵਧੀਆ ਮਤਲਬ ਬਣ ਕੇ ਆਵਾਂਗੇ ਹਾਂ ਇਹ ਤਾਂ ਗੱਲ ਹੈਗੀ ਆ ਬਾਈ ਬਣ ਕੇ ਜਾਣ ਚ ਹੀ ਫਾਇਦਾ ਜੇ ਕਹਿੰਦੇ ਹੁੰਦੇ ਨਾ ਘਰ ਘਰ-ਬਾਰ ਛੱਡਿਆ ਬਈ ਇੱਕੋ ਇੱਕ ਗੱਲ ਤੇ ਬਲੀਵ ਆ ਓਕੇ ਰੱਬ ਨਾ ਮਾਰੇ ਜੰਮਿਆ ਨਹੀਂ ਕੋਈ ਇਹ ਵੀ ਗੱਲ ਆ ਇਸ ਲਈ ਫੇਥ ਆ ਫੁੱਲ ਫੇਥ ਆ ਇਹ ਵੀ ਗੱਲ ਆ ਫੇਥ ਆ ਪਰਮਾਤਮਾ ਤੇ ਇਹ ਬੰਦੇ ਦੀਆਂ ਗੱਲਾਂ ਬਹੁਤ ਖਤਰਨਾਕ ਨੇ ਰੱਬ ਆਸਰੇ ਚੱਲਦਾ ਇਹ ਹੁਣ ਤੱਕ ਕਹਿੰਦਾ ਮੈਡਮਾਂ ਵੀ ਇਹਨੂੰ ਕਹਿੰਦੇ ਹੁੰਦੇ ਸੀ ਪਾਸ ਕਿਵੇਂ ਹੋਈ ਜਾਂਦਾ ਕਹਿੰਦਾ ਜੀ ਚੱਲਣ ਦਿਓ ਕੰਮ ਕੋਈ ਚੱਕਰ ਨਹੀਂ ਕੋਈ ਪ੍ਰੋਬਲਮ ਨਹੀਂ ਹੈਗੀ ਦੱਸਾਂਗੇ ਕਹਿੰਦੇ ਰਾਹਾਂ 'ਚ ਬੀਤਿਆ ਕੀ ਜ਼ਿੰਦਗੀ ਦਾ ਸੋ ਸਭ ਦਾ ਧੰਨਵਾਦ ਜੀ ਤੁਸੀਂ ਵਲੌਗ ਨੂੰ ਦੇਖਿਆ ਵਾਚ ਕੀਤਾ ਸੋ ਮੇਨਲੀ ਇਹ ਵਲੌਗ ਵਿੱਚ ਮੇਰਾ ਇਹੀ ਮੋਟਿਵ ਸੀਗਾ ਵੀ ਆਪਾਂ ਤੁਹਾਨੂੰ ਉਹ ਬੱਚਿਆਂ ਨਾਲ ਮਿਲਾ ਸਕੀਏ ਉਹਨਾਂ ਤੋਂ ਇਨਫੋਰਮੇਸ਼ਨ ਤੁਸੀਂ ਗੈਦਰ ਕਰੋ ਅਤੇ ਤੁਸੀਂ ਅੱਗੇ ਤੁਹਾਡੇ ਫਿਊਚਰ ਪਲੈਨ ਨੇ ਤੁਸੀਂ ਉਹਨਾਂ ਨੂੰ ਇੰਪਲੀਮੈਂਟ ਕਰ ਸਕੋ ਚੀਜ਼ ਨੂੰ ਨੌਲੇਜ ਨੂੰ ਸੋ ਤੁਸੀਂ ਭੁੱਲਿਓ ਨਾ ਆਪਣਾ ਚੈਨਲ ਸਬਸਕ੍ਰਾਈਬ ਕਰਨਾ ਜੀ 1340HI ਡਿਗਰਾਉਟੀ ਸੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤਾਂ ਕਿ ਤੁਹਾਨੂੰ ਹੋਰ ਵੀਡੀਓਜ਼ ਵੀ ਆਉਂਦੀਆਂ ਰਹਿਣ ਅਤੇ ਤੁਸੀਂ ਹੋਰ ਵੀਡੀਓਜ਼ ਵਾਚ ਕਰੋ ਅਤੇ ਤੁਸੀਂ ਇਨਫੋਰਮੇਸ਼ਨ ਗੈਦਰ ਕਰੋ ਅਤੇ ਭੁੱਲੋ ਨਾ ਵੀ ਆਪਣੀ ਕੋਈ ਵੀ ਕਾਲਜ ਬਾਰੇ ਤੁਸੀਂ ਆਉਣਾ ਚਾਹੁੰਦੇ ਹੋ ਉਹਨੂੰ ਯੂਟਿਊਬ ਉੱਤੇ ਸਰਚ ਕਰੋ ਉਹਦੇ ਬਾਰੇ ਉਹਨੂੰ ਆਪਣਾ ਗੂਗਲ ਉੱਤੇ ਸਰਚ ਕਰੋ ਕਾਲਜ ਬਾਰੇ ਕਿਉਂਕਿ ਹਰੇਕ ਕਾਲਜ ਦੀ ਆਪਣੀ ਵੈਬਸਾਈਟ ਆ ਜੀ ਸੋ ਨੈੱਟ ਉੱਤੇ ਚੈੱਕ ਕਰੋ ਜਿਹੜੇ ਵੀ ਕਾਲਜ ਵਿੱਚ ਆਉਣਾ ਚਾਹੁੰਦੇ ਜਿਹੜੇ ਵੀ ਕੋਰਸ ਵਿੱਚ ਆਉਣਾ ਚਾਹੁੰਦੇ ਹੋ ਸੋ ਇਫ ਯੂ ਵਾਂਟ ਟੂ ਆਸਕ ਐਨੀ ਕੁਐਸਚਨ ਯੂ ਕੈਨ ਕਮੈਂਟ ਐਨ ਲਾਈਕ ਇਨ ਮਾਈ ਵੀਡੀਓ ਔਰ ਯੂ ਕੈਨ ਮੈਸੇਜ ਮੀ ਆਈ ਵਿਲ ਸ਼ੇਅਰ ਮਾਈ ਲਿੰਕ ਦਾ ਮੈਂ ਤੁਹਾਡਾ ਲਿੰਕ ਸ਼ੇਅਰ ਕਰੂੰਗਾ ਆਪਣੀ ਇੰਸਟਾਗ੍ਰਾਮ ਦਾ ਤੁਸੀਂ ਉੱਥੇ ਵੀ ਕਮੈਂਟ ਕਰ ਸਕਦੇ ਹੋ ਸੋ ਆਈ ਐਮ ਰੈਡੀ ਫੋਰ ਹੈਲਪ ਅਤੇ ਤੁਹਾਨੂੰ ਕੋਈ ਵੀ ਲੋੜ ਆ ਤੁਹਾਨੂੰ ਕੋਈ ਵੀ ਨੀਡ ਆ ਕੋਈ ਵੀ ਇਨਫੋਰਮੇਸ਼ਨ ਚਾਹੀਦੀ ਆ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ ਥੈਂਕ ਯੂ ਫੋਰ ਵਾਚਿੰਗ ਵਾਂਸ ਅਗੇਨ ਸੋ ਖੁਸ਼ ਰਹੋ ਆਬਾਦ ਰਹੋ ਚੈਨਲ ਸਬਸਕ੍ਰਾਈਬ ਕਰੋ ਥੈਂਕ ਯੂ ਧੰਨਵਾਦ ਥੈਂਕ ਯੂ